ਇਹ ਤੁਹਾਡਾ ਸੁਣ ਕੇ ਮੈਨੂੰ ਵੀ ਚੇਤੇ ਆ ਗਿਆ। ਹਾਂਜੀ, ਤੂੰ ਸੁਬਾਹ ਦੀ ਮਸਤ ਹਵਾ ਵਰਗਾ ਮੇਰੇ ਪਿੰਡ ਵੱਲ ਜਾਂਦੀ ਰਾਹ ਵਰਗਾ, ਤੈਨੂੰ ਭੁੱਲਾਂ ਤੇ ਦੱਸ ਮੈਂ ਕਿੰਝ ਭੁੱਲਾਂ, ਤੂੰ ਮੇਰੀ ਆਉਂਦੀ ਜਾਂਦੀ ਸਾਹ ਵਰਗਾ। ਇਹ ਦਰਖਤ ਸਰ 1985 or 86 ਵਿੱਚ, ਅੱਛਾ ਜੀ, ਮਾਸਟਰ ਸਈਦ ਸਾਹਿਬ ਬੋਗਰਿਆਂ ਤੋਂ ਸਨ। ਠੀਕ ਹੈ। ਉਹਨਾਂ ਬੋਗਰਿਆਂ ਤੋਂ ਇੱਕ ਟਾਹਣ ਕੱਟ ਕੇ ਲਿਆਂਦਾ ਸੀ। ਠੀਕ ਹੈ। ਸਰਦਾਰ ਬੋਗਰੇ ਸਰਦਾਰਾਂ ਦਾ ਡੇਰਾ ਸੀ ਪਿੰਡੋਂ ਚੜ੍ਹਦੇ ਪਾਸੇ। ਅੱਛਾ। ਉਹਦਾ ਤੁਸੀਂ ਵੀ ਲਾਗ ਵੀ ਉਸ ਆਪਣਾ ਚੌਧਰੀ ਹਰੀ ਸਿੰਘ, ਚੌਧਰੀ ਗਿੱਲ, ਗਿੱਲ, ਹਾਂਜੀ, ਚੌਧਰੀ ਹਰੀ ਸਿੰਘ ਦੇ ਗਿੱਲ ਦੇ ਡੇਰੇ ਦੇ ਬੋਰ ਸੀ ਬਹੁਤ ਕਦੀਮ। ਅੱਛਾ। ਉਹਦਾ ਟਾਹਣ ਕੱਟ ਕੇ ਲਿਆਂਦਾ ਸੀ ਤੇ ਉਹਨਾਂ ਲਾਇਆ ਸੀ। ਵਾਹ। ਤੋਂ ਬਾਅਦ ਇਹਨਾਂ ਕੱਪੜੇ ਬਦਲਨੇ ਨੇ, ਇਹਨਾਂ ਦੂਜੇ ਕੱਪੜੇ ਪਾ ਲੈਣੇ ਨੇ ਕੰਮ ਵਾਲੇ, ਇਹਨਾਂ ਕਈ ਫੜ ਲੈਣੀ, ਰੰਬੀ ਫੜ ਲੈਣੀ, ਇਹਦੇ ਤੇ ਲੱਗਿਆ ਰਹਿਣਾ। ਬੜਾ ਅੱਛਾ ਮੈਸੇਜ ਦੂਸਰੇ ਸਕੂਲਾਂ ਵਾਸਤੇ, ਮੈਂ ਸਮਝਦਾ ਬੜਾ ਅੱਛਾ ਮੈਸੇਜ ਡਿਕਲੇਅਰ ਹੋਇਆ ਇਸ ਵੀਡੀਓ ਦੇ ਥਰੂ। ਇਹਨਾਂ ਨੂੰ ਵੇਖ ਕੇ ਤੇ ਇੱਕ ਨਹੀਂ ਬਹੁਤ ਸਾਰੇ ਸਕੂਲ ਜਿਹੜੇ ਨੇ, ਅੱਛਾ, ਇਹਨਾਂ ਨੂੰ ਵੇਖ ਕੇ ਤੇ ਬੜਾ ਸਾਰਾ ਕੰਮ ਕਰਦੇ ਨੇ, ਬੜੇ ਬੜੇ ਅੱਛੇ ਸਕੂਲ ਬਣਦੇ ਨੇ, ਬੜੇ ਬੜਾ ਬੜੀ ਮਿਹਨਤ ਕਰਦੇ ਨੇ ਲੋਕ, ਇਹਨਾਂ ਤੋਂ ਇੰਸਪਾਇਰ ਹੋ ਇਹ ਰੋਲ ਮਾਡਲ ਨੇ, ਅੱਛੇ ਕੰਮ ਦੀ ਰੀਸ ਕਰਨੀ ਵੀ ਚਾਹੀਦੀ ਹੈ ਜੀ। ਇਹ ਸਾਡੇ ਵਾਸਤੇ ਹੀਰੇ ਜਵਾਹਰਾਤ ਤੋਂ ਜ਼ਿਆਦਾ ਕੀਮਤੀ ਚੀਜ਼ਾਂ ਨੇ। ਅੱਛਾ ਜੀ। ਇਹ ਜਿਹੜੇ ਆਜ਼ਾਦ ਨੇ। ਠੀਕ ਹੈ ਜੀ, ਠੀਕ ਹੈ। ਔਰ ਵਾਹ ਜੀ, ਕੁਹਾੜੀ ਹੋ ਗਈ ਜੀ, ਰੰਬਾ ਹੋ ਗਿਆ, ਦਾਤਰੀ ਹੋ ਗਈ, ਰੰਬੇ ਦੋ ਕਿਸਮਾਂ ਦੇ ਨੇ। ਠੀਕ ਹੈ ਜੀ। ਕਹੀ ਹੋ ਗਈ, ਬੇਲਚਾ ਹੋ ਗਿਆ, ਠੀਕ ਹੈ। ਇਹਨੂੰ ਕੀ ਕਹਿੰਦੇ ਨੇ? ਖਤਰੰਬਾ। ਖਤਰੰਬਾ ਪੌਦੇ ਫੁੱਟ ਕੇ ਮੁੰਤਕਲ ਕਰਨ ਦੇ ਕੰਮ ਆਉਂਦੇ। ਠੀਕ ਹੈ। ਸਰ, ਜਿਹੜਾ ਸਾਰਾ ਵਿਲਾਗ ਤੁਸੀਂ ਕੀਤਾ ਨਾ, ਤੇ ਸਾਰੇ ਖੂਬਸੂਰਤੀ ਕੀਤੀ ਹੈ, ਅਸਾਂ ਮਿਹਨਤ ਕੀਤੀ ਹੈ, ਮੁਸ਼ਕਲ ਕੀਤੀ ਹੈ, ਸਾਰੀ ਟੀਮ ਸਾਡੀ ਸ਼ਾਮਲ ਹੈ, ਸਾਡੇ ਬੱਚੇ ਸ਼ਾਮਲ ਨੇ, ਬੱਚਿਆਂ ਦੇ ਵਾਲਦਿਆਂ ਦੀਆਂ ਦੁਆਵਾਂ ਸ਼ਾਮਲ ਨੇ। ਸਾਡਾ ਮਕਸਦ ਇਹ ਵੀ ਇੱਕ ਤਬਲੀਗ ਦਾ ਤਰੀਕਾ ਹੈ ਸਾਡਾ, ਤੁਹਾਡੇ ਪੰਜਾਬ, ਸਾਂਝਾ ਪੰਜਾਬ ਦੇ ਜ਼ਰੀਏ ਜਿੱਥੋਂ ਜਿੱਥੋਂ ਚਾਹੇ ਲੋਕ ਵੇਖਣ, ਕੋਈ ਨਾ ਕੋਈ ਹੋਰ ਕੰਮ ਕਰਨ ਲੱਗ ਪਿਆ। ਕੌਮ ਦੀ ਤਰੱਕੀ ਦਾ ਰਾਜ਼ ਇਹਦੇ 'ਚ ਹੀ ਹੈ, ਅਸੀਂ ਹਕੂਮਤਾਂ ਦੇ ਮੂੰਹ ਵੱਲੋਂ ਵਹਿੰਦੇ ਰਹੀਏ, ਉਹਦੇ ਨਾਲ ਬਿਹਤਰ ਅਸੀਂ ਆਪ ਕੁਛ ਨਾ ਕੁਛ ਕਰਦੇ ਹਾਂ ਜੀ। ਠੀਕ ਹੈ। ਫਿਰ ਤਰੱਕੀ ਕਰਨ ਦਾ ਤਰੀਕਾ ਕਰ ਇਹ ਵੀ, ਰੋਜ਼ਾਨਾ ਅਗਰ ਅਸੀਂ 1 ਘੰਟਾ ਕੰਮ ਕਰਨੇ ਆ ਛੁੱਟੀ ਤੋਂ ਬਾਅਦ, ਸਾਡੇ ਜਿਹੜੇ 24 ਘੰਟੇ ਦੇ 8 ਪੈਰ ਹੁੰਦੇ ਨੇ, ਸਾਡਾ 25 ਘੰਟੇ ਦਾ 8 ਪੈਰ ਬਣ ਜਾਂਦਾ। 1 ਘੰਟਾ ਦਾ ਅਸੀਂ ਕੰਮ ਕਰਨਾ। ਉਹ ਰੋਜ਼ਾਨਾ ਜਿਹੜਾ ਉਹ 360 ਘੰਟੇ ਸਾਲ 'ਚ ਅਸੀਂ ਕੰਮ ਕਰਨੇ ਆ ਨਾ, ਉਹ ਤਰੱਕੀ ਦਾ ਅਸਲ ਰਾਜ਼ ਉਹ ਹੈ। ਵਾਹ ਵਾਹ ਵਾਹ। ਜੇ ਫਲਦਾਰ ਦਰਖਤ ਵੀ ਮੈਨੂੰ ਵੇਖਣ ਨੂੰ ਮਿਲੇ, ਕੁਝ ਮਤਲਬ ਮਿਰਚਾਂ ਦੇ, ਮੈਂ ਜਿਸਾਂ ਸਾਰਾ ਪਹਿਲੇ ਵਿਜ਼ਿਟ ਕੀਤਾ ਸਕੂਲ ਦਾ, ਠੀਕ ਹੈ ਜੀ, ਉਹ ਫਲ ਵਗੈਰਾ ਜਦੋਂ ਪੱਕਦੇ ਨੇ ਜਾਂ ਮਿਰਚਾਂ ਵਗੈਰਾ, ਉਹਨਾਂ ਦਾ ਫਿਰ ਤੁਸੀਂ ਕੀ ਕਰਦੇ, ਕਾਇਆ ਵੇਚ ਕੇ ਉਹਨਾਂ ਪੈਸਿਆਂ ਦੇ ਨਾਲ? ਉਹ ਤੁਹਾਨੂੰ ਪਿੱਛੇ ਜਗ੍ਹਾ ਨਹੀਂ ਅਸੀਂ ਵਿਖਾਈ, ਉਹ ਖਾਲੀ ਜਗ੍ਹਾ ਪਈ ਹੈ ਪਿੱਛੇ। ਅੱਛਾ। ਉੱਥੇ ਅਸੀਂ ਗਾਜਰਾਂ, ਮੂਲੀਆਂ, ਅੱਛਾ, ਗੋਂਗਲੂ, ਉਹ ਲਾਉਂਦੇ ਹਾਂ, ਉਹ ਜੋ ਤਿਆਰ ਹੋ ਜਾਂਦੇ ਨੇ ਫਿਰ ਬੱਚਿਆਂ ਨੂੰ ਤਕਸੀਮ ਕਰਨੇ ਆ, ਕਿਸੇ ਨੂੰ ਇੱਕ, ਜੇ ਥੋੜ੍ਹੇ ਹੋਣ ਤਾਂ 1-1 ਆ ਜਾਂਦਾ, ਜ਼ਿਆਦਾ ਹੋਣ ਤਾਂ 2-2 ਵੀ ਆ ਜਾਂਦਾ। ਵਾਹ ਵਾਹ, ਠੀਕ ਹੈ। ਇਸ ਤਰ੍ਹਾਂ ਇਹ ਅਮਰੂਦ ਨੇ ਸਾਡੇ ਅੱਗੋਂ ਇਹ ਲੱਗਣੇ ਨੇ, ਇਹ ਵੀ ਅਸਾਂ ਇਸ ਤਰ੍ਹਾਂ ਹੀ ਤਕਸੀਮ ਕਰਨਾ ਹੈ। ਬਕਾਇਦਾ ਉਹ ਮੂਵੀਆਂ ਮੌਜੂਦ ਨੇ ਸਾਡੇ ਕੋਲ, ਆਪੇ ਲਾਲਚ ਕੋਨੇ ਖੜਨ ਦਾ ਲਾਲਚ ਨਹੀਂ ਕਦੀ। ਉਸ ਤੋਂ ਇਲਾਵਾ ਹੁਣ ਉਸ ਜਗ੍ਹਾ ਦੇ ਵਿੱਚ ਅਸੀਂ ਫੁੱਟਾਂ ਲਾਵਾਂਗੇ ਇਨਸ਼ਾਅੱਲਾ ਬੱਚਿਆਂ ਵਾਸਤੇ। ਵਾਹ, ਕਮਾਲ ਹੈ, ਕਮਾਲ। ਲਗਾਠ ਵੀ ਬਣ ਦਿਓ? ਲਗਾਠ, ਲਗਾਠਾਂ ਦਾ ਉਹ ਦਰਖਤ ਹੈ, ਇਹਦੇ ਤੇ ਕਮੋ ਪੇਸ਼ 35-40 ਕਿਲੋ ਲਗਾਠ ਲੱਗਦੇ ਨੇ ਇਹ ਵਾਲਾ ਸਾਹਮਣੇ। ਹਾਂਜੀ। ਅੱਛਾ ਜੀ, ਠੀਕ ਹੈ। ਇਹ ਵੀ ਅਸੀਂ ਇਸ ਤਰ੍ਹਾਂ ਹੀ ਬੱਚਿਆਂ 'ਚ ਥੀਮ ਬੱਚਿਆਂ ਦੀ ਤਕਸੀਮ ਕਰ ਛੱਡੀਦੇ ਨੇ, 2-2 ਆ ਜਾਣ, 3-3 ਆ ਜਾਣ, ਸਾਰੇ ਦੇ ਦਿੰਦੇ ਨੇ। ਉੱਧਰ ਗੰਨੇ ਨੇ, ਉਹ ਵੀ ਤੁਹਾਨੂੰ ਬਹਾਨੇ ਆ, ਉਹ ਵੀ ਸਰਦੀਆਂ 'ਚ ਅਸੀਂ ਫਰਵਰੀ ਵਿੱਚ। ਸਰ, ਇੱਕ ਦਰਖਤ ਨਜ਼ਰ ਆਇਆ ਮੈਨੂੰ ਲੱਗ ਰਿਹਾ ਕਦੀਮ ਦਰਖਤ ਆ ਸਕੂਲ ਦਾ। ਜੀ ਜੀ, ਠੀਕ ਹੈ ਜੀ। ਜਿੱਦਾਂ ਸ਼ਿਵ ਕੁਮਾਰ ਬਟਾਲਵੀ ਜੀ ਨੇ ਕਿਹਾ ਵੀ ਕੁਝ ਰੁੱਖ ਮੇਰੇ ਮਾਂ ਵਰਗੇ, ਕੁਝ ਰੁੱਖ ਮੇਰੇ ਬਾਪ ਵਰਗੇ, ਤੇ ਇਹ ਦਰਖਤ ਦੀ ਜਿਹੜੀ ਤਾਰੀਖ ਇਹਦੇ ਬਾਰੇ ਤੁਸੀਂ ਕੀ ਕਹੋਗੇ? ਜਿੱਦਾਂ ਸਕੂਲ ਦੀ ਸੰਗਿਆ ਬੁਨਿਆਦ 1962 ਦੇ ਵਿੱਚ ਰੱਖੀ ਗਈ, ਕਿ ਆਇਆ ਉਦੋਂ ਦੇ ਦਰਖਤ ਜਾਂ ਬਾਅਦ ਵਿੱਚ ਇਹਨੂੰ ਲਗਾਇਆ ਗਿਆ? ਇੱਕ ਸ਼ੇਰ ਤੁਹਾਡਾ ਸੁਣ ਕੇ ਮੈਨੂੰ ਵੀ ਚੇਤੇ ਆ ਗਿਆ। ਹਾਂਜੀ। ਤੂੰ ਸੁਬਾਹ ਦੀ ਮਸਤ ਹਵਾ ਵਰਗਾ ਮੇਰੇ ਪਿੰਡ ਵੱਲ ਜਾਂਦੀ ਰਾਹ ਵਰਗਾ, ਤੈਨੂੰ ਭੁੱਲਾਂ ਤੇ ਦੱਸ ਮੈਂ ਕਿੰਝ ਭੁੱਲਾਂ, ਤੂੰ ਮੇਰੀ ਆਉਂਦੀ ਜਾਂਦੀ ਸਾਹ ਵਰਗਾ। ਇਹ ਦਰਖਤ ਸਰ 1985 or 86 ਵਿੱਚ, ਅੱਛਾ ਜੀ, ਮਾਸਟਰ ਸਈਦ ਸਾਹਿਬ ਬੋਗਰਿਆਂ ਤੋਂ ਸਨ। ਠੀਕ ਹੈ। ਉਹਨਾਂ ਬੋਗਰਿਆਂ ਤੋਂ ਇੱਕ ਟਾਹਣ ਕੱਟ ਕੇ ਲਿਆਂਦਾ ਸੀ। ਠੀਕ ਹੈ। ਸਰਦਾਰ ਬੋਗਰੇ ਸਰਦਾਰਾਂ ਦਾ ਡੇਰਾ ਸੀ ਪਿੰਡੋਂ ਚੜ੍ਹਦੇ ਪਾਸੇ। ਅੱਛਾ। ਉਹਦਾ ਤੁਸੀਂ ਵੀ ਲਾਗ ਵੀ ਉਸ ਆਪਣਾ ਚੌਧਰੀ ਹਰੀ ਸਿੰਘ, ਚੌਧਰੀ ਗਿੱਲ,
मास्टर जी बल्ले बल्ले बड़ा काम किया, तो बड़ी तारीफ मेरी की शीर देखना बोर्ड अह जो पढ़ते हाँ अह लाया बाद च गल सुना। मैं फिर ए हिस्ट्री तलाश की थी। जेड़े वो बच्चे सन उस दौर च उन्होंने नाम ही तलाश किए जिन्हें मतलब लाया तो इन्हू पानी देंदे रहे फिर जान छुट्टी। कुछ बंदे फिर ऐसे भी आए फिर भी जान खांदे मैं यार इन्हू पुट के लाइओ मेरी जान छुट्टी। ठीक है, क्रेडिट सही साहब। अच्छा 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 सही साहब समझी इस बूटे लाने वाले जरा वा हाँ जी पिलकन ये भी बोर्ड की एक किस्म है। अच्छा ये सर 2014 च मैं अपने हवेली चो लिया के लाया ही छोटा जा पौधा। एक बारी तो कोई इनू दातरी ना वढ़ गया ही उतो। अच्छा लेकिन फिर अल्लाह ने इनू तोड़ दिता है। ऐरक दिसंबर बच्चे दुआले दायरा बनाया आस्ता आस्ता फर्श लाने का मेरा काम ही ना बिल्कुल जी तुम देख सकते हो रोड़ी छोड़ी थले पई है इंशाल्लाह कभी ना कभी लग जाए। जी जी जरूर जी जरूर जरूर बच्चियां दे अपना पीन वास्ते साफ पानी वो भी तुसीं ले ये वो खा लेना जी। वाटर फिल्ट्रेशन प्लांट दा भी जनाब इत्थे पूरा इस्तेमाल में और प्राइमरी लेवल दा कमाल दा स्कूल। ठीक है जी और ए तुहाडी पेंटिंग वेखो जी झरना बनाया किसी पहाड़ा को जनाब उपर पहाड़ बने ने। अच्छा हाँ हाँ पहाड़ा को पानी आ रहा जी थले झरना बनया और पत्थर तैर रही और सर जी साल की मेहनत है मतलब कोई बंद आखे कि यार दो तीन दिन का काम है नहीं साल लगते हैं और इत तक के गमले तक पेंट किए ने तुसी। हाँ जी उन्होंने भी जनाब साफ पानी वास्ते बोर असी करवाए 450। वाह ठीक है सानू महकमे वालों मिले सी वाटर कूलर। ठीक है ठीक है महकमे वालों मिले ठंडा पानी बच्चे पीते ने साबन दस्तियाब है। वाह बड़े लगे बहुत ज्यादा लगे लेकिन तजब बच्चे नहीं छेड़ते कमाल। बच्चे सच रजे ने ना मतलब तुसी ते जाए बच्चियां नू कोई भी फल लेथे को पकदा ते उनां नू पता है साडा बच्चियां दा बच्चियां दा बच्चियां दे इलम च जदों पकणा आ खाणा बच्चियां नू कई लोग पुछदे ने पौधे क्यों नहीं छेड़दे बच्चे आंदे ने पौधे हमारे भाई है। हां हां वाह हम ना खुद छेड़ते हैं ना किसी को छेड़ने देते। सर मैं समझना कि थोड़ी तालीमात का नतीजा है तुसी जो दरस दिता बच्चियां जी और सिंधी केला खूबसूरत ट्रैक बनया है। ठीक है जी अच्छा सिंधी केला अच्छा कद का छोटा होंगे वे बिलकुल हूँ इन फल निकलना। ठीक है साल च तीन चार इन्हों फल निकलते ने। अच्छा और उत्ते पकते ने भी एक रिकॉर्ड है उत्ते ही पकते उत्ते पक नहीं पैल नहीं पा ओदे विचो फिर तीन हिस्से ही करने एक ही सब बच्चों नू तकसीम कर देने एक आप ही खा लेने या कोई मेहमान आ जाए तीसरा हिस्सा परिंदा वास्ते रहन देना। वाह उन्हों के बच्चे भी नहीं छेड़ना साड़ी अदा मौजूदगी भी बच्चों नू पता है परिंदा का। अगे अमां दा दरख्त है इंसान छोटी लाची है जी। अच्छा छोटी सब्ज लाची सब्ज लाची अच्छा ए वेखे फल निकलते फुल निकलते ना ठीक है फुल निकल सही है इनू सिंह के वेखो जी लाची की खुशबू आएगी ए काली लाची है वो डेगा च पान वाली लाची। अच्छा 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 ठीक है ए खट्टे का दरख्त है इन्हू भी लगे ने बारह सिंगा रखे लाट नाल
अच्छा ठीक है। उस वक्त बसमार्क ही पाम है ठीक है, बड़ा खूबसूरत पौधा है ठीक है। ओनू भी अरकां फुल निकलते ने भी तुहानू बहाने। ओदी किन्नी की एज होएगी उस बूटे दी? एज तकरीबन 8 to 9 साल। 8 to 9 साल वो साडे चौरी अशफाक अहमद गुजर साहब ने अच्छा मत्थे के ना करा दे ठीक है। उन्होंने सानू गिफ्ट किया ही उदो 5,000 4,500 रुपए का आया सी। अच्छा 500 रुपया किराया लिया चांदगाड़ी वाले गुलदस्ते देखो माल्टे सारे कुछ तुसी भी कोई चीज जी जी हाँ जी सर बहुत कीमती जैतून। अच्छा जी ए पौधा जिदा क्रांच बीज करे। हाँ जैतून दा बूटा जी है ठीक। सर कमाल कर दी आर एफ साहब ने। हाँ जी देखो मतलब चलो कि मैं स्पीचलैस हाँ यार प्राइमरी लैवल सर इस लैवल का स्कूल फिर मजे की गल है इन्होंने कोई क्लास 4 नहीं माली नहीं। हाँ। सारा काम अपने हाथ में करते बहुत सारे स्कूल जो बड़ा सारा काम कर रहे बड़े बड़े अच्छे स्कूल बन दे बड़े बड़ा बड़ी मेहनत कर दे लोग इन्होंने इंस्पायर हो अच्छे काम की रीस करनी भी चाहिए जी ठीक है जी। देखो जी एडा बगीचा है इन्हों इस बगीचे पानी देने 2-4 दिन चाहिए इसे तरह ही करना डेली 2 दिन 3 दिन सैराब भी करना बगैर पंखे तो अपना दरख्त थले बह सकते हो अपना सर आज नज़्मो ज़बत नज़र आ रहा वे एक मतलब कि स्केचुअल दे नाल काम नहीं कीता है कमाल चीज है। हां जी ए याद ए उन्ना लोगों नु वास्ते ए उन्ना लोगों नु सलाम है जिन्ना ने मेहनत की थी और उथे उपर बाबा बुल्ले शाह जी दा हाँ जी कमाल कर सुन बोलिया अमर ना नहीं जोर पे आवे। हां और हकीकत ही है अच्छा कार अच्छा अमर और अच्छा काम करने वाले सर कदम मरदे ने जी जी सर वो जिंदा रहंदे ने। हां जी इसी तरह ही ईशा ए थल्ले भी एक बड़ा स्पेशल जा जुमला ले है आज। हां खुशामदीर जी आया नु बड़ा चर्ज ले आ हमारे अपने ही अल्फाज अंदाज और मजाज हमारे लिए खुश आमदीद का तो यन करते यानी जिस मजाज या अंदाज विच आउने असी उस अंदाज अगले का दिल करदे नूं खुश खुश आमदीद करना ठीक। जो असी सब इख्तियार दूसरी इन्हां नूं स्कूल लई जित्थों भी कोई चीज मिलदी ना मेहनत करके उत्थों ही लैंदे ने अपने मजे दी गल है रस्ते जाते हो ना। हाँ जी ये कोई चीज वेंदे ना इन्हां फड़ के गड्डी च रख लैणी है ना फड़ो मैनूं गड्डी च रखवाओ की करनी जे तुहानूं विखावां दे बनाई काम ले लिया तुर्की दा परचा। हां जी अच्छा अच्छा तुर्की दा परचा बनाया ठीक है जी बहुत आला। गुलाब हांजी
ਸਭ ਤੋਂ ਬੁਲਾ ਰਿਹਾ। ਅੱਛਾ ਪਰ ਫੁੱਲ ਬੜਾ ਖੂਬਸੂਰਤ ਆਮ ਰਾਵਾਂ ਤੇ ਆਮ ਜਗ੍ਹਾ ਉੱਗਿਆ ਹੁੰਦਾ। ਲੋ ਜੀ, ਅਸੀਂ ਹੁਣ ਤੁਹਾਨੂੰ ਨਾ ਜੋ ਸਰ ਹੋਰੀ ਇਸ ਸਕੂਲ ਦੀ ਖੂਬਸੂਰਤੀ ਵਾਸਤੇ ਔਜ਼ਾਰ ਇਸਤੇਮਾਲ ਕਰਦੇ ਨੇ ਨਾ, ਅਸੀਂ ਉਹਨਾਂ ਦਾ ਤੁਹਾਨੂੰ ਵੀ ਉਹ ਦਿਖਾਉਣ ਜਾ ਰਹੇ ਹਾਂ। ਠੀਕ ਹੈ ਜੀ। ਵਾਹ ਜੀ ਜੀ ਸਰ। ਅੱਛਾ, ਇਹ ਨੇ ਜੀ ਔਜ਼ਾਰ, ਤੁਸੀਂ ਇੱਥੇ ਖੜਾ ਹੋਣਾ, ਇੱਥੇ ਬਾਹਰੋਂ ਲਾਈਟ ਨਾ। ਹਾਂ ਜੀ। ਅੱਛਾ, ਇਹ ਨੇ ਜੀ ਹਥਿਆਰ ਔਜ਼ਾਰ ਕੁਹਾੜੀ ਹੋ ਗਈ ਜੀ, ਰੰਬਾ ਹੋ ਗਿਆ, ਦਾਤਰੀ ਹੋ ਗਈ, ਰੰਬੇ ਦੋ ਕਿਸਮਾਂ ਦੇ ਨੇ। ਠੀਕ ਹੈ ਜੀ। ਕਹੀ ਹੋ ਗਈ, ਬੇਲਚਾ ਹੋ ਗਿਆ, ਠੀਕ ਹੈ। ਇਹਨੂੰ ਕੀ ਕਹਿੰਦੇ? ਖਤਰੰਬਾ। ਖਤਰੰਬਾ ਪੌਦੇ ਫੁੱਟ ਕੇ ਮੁੰਦਕਲ ਕਰਨ ਦੇ ਕੰਮ ਆਉਂਦੇ। ਠੀਕ ਹੈ। ਅੱਗੇ ਸਾਡੇ ਕੋਲ ਹੱਥ ਰੇੜੀ ਉਹਦਾ ਸਪੇਅਰ ਇੱਕ ਟਾਇਰ ਰੱਖਿਆ ਤਾਂ ਕਿ ਕਮੀ ਪੇਸ਼ੀ ਹੋਏ ਤੇ ਸਾਨੂੰ ਪਰੇਸ਼ਾਨੀ ਨਾ ਹੋਏ। ਅੱਗੇ ਸਾਡਾ ਪੇਂਟਿੰਗ ਦਾ ਸਾਰਾ ਸਮਾਨ ਪਿਆ ਇਹਦੇ 'ਚ। ਠੀਕ ਹੈ। ਠੀਕ ਹੈ। ਇਹ ਸਾਡੀ ਮਸ਼ੀਨ ਪਈ ਹੈ, ਇਲੈਕਟ੍ਰਿਕ ਮਸ਼ੀਨ ਹੈ ਸਪਰੇਅ ਕਰਨ ਵਾਸਤੇ। ਠੀਕ ਹੈ। ਅਸੀਂ ਪੌਦਿਆਂ ਨੂੰ ਸਪਰੇਅ ਕਰਨਾ ਹੈ ਪੂਰੇ ਟਾਈਮ ਨਾਲ। ਛੁੱਟੀਆਂ ਬਾਅਦ ਅਸਾਂ ਪਾ ਲੈਣੀ ਹੈ। ਇਹ ਸਰਦੀਆਂ ਵਾਲੀ, ਇਹ ਗਰਮੀਆਂ। ਥੱਲੇ ਮੌਸਮ ਦੇ ਮੁਨਾਸਬ ਨਾਲ ਥੱਲੇ ਜੁੱਤੀਆਂ ਵੀ ਰੱਖੀਆਂ। ਸਹੀ ਹੈ। ਉਹ ਸਰਦੀਆਂ ਵਾਲੇ ਨੇ, ਉਹ ਗਰਮੀਆਂ। ਠੀਕ ਹੈ। ਅੱਗੇ ਜਨਾਬ ਇਹਨੂੰ ਚਪਟੀ ਜਾਂਦੇ ਨੇ, ਇਹਨੂੰ ਤੇਸੀ, ਖਾਰੀ, ਕਾਂਡੀ, ਗਰਮਾਲਾ, ਕਟਰ, ਕੈਂਚੀਆਂ, ਥੌੜੀ, ਚਾਣੀ, ਬੁਰਸ਼, ਪੌਦੇ ਕੱਟਣ ਵਾਲੇ ਕਟਰ, ਦਸਤਾਨੇ, ਇਹ ਪਮੈਸ਼ ਕਰਨ ਲਈ ਜੋ ਤਸਵੀਰਾਂ ਬਣਾਈ ਉਦੋਂ ਇਹਦਾ ਬੜਾ ਕੰਮ ਹੁੰਦਾ। ਠੀਕ ਹੈ। ਆਜ਼ਾਦ ਤੇਜ਼ ਕਰਨ ਵਾਸਤੇ ਹੈ ਰੇਤੀ ਜੀ। ਅੱਗੇ ਇਹ ਪੈਪਰਾਂ 'ਚ ਵੀ ਸਹੀ ਉਹ ਮੋਟਰ ਦੀ ਜੱਟੇ ਕੀ ਖੋਲਣੀ ਪੈਣਾ, ਉਦੋਂ ਬੜਾ ਮਸਲਾ ਪਾਉਂਦਾ। ਦੂਸਰਾ ਰੈਂਚ ਵੀ ਹੈ, ਕਿੱਲ ਪੁੱਟਣ ਵਾਲੀ ਥੋੜੀ ਵੀ। ਠੀਕ ਹੈ। ਉਹ ਗੈਸ ਸਿਲੰਡਰ ਉੱਤੇ ਲਾ ਕੇ ਆਧਾਰ ਗਰਮ ਕਰਕੇ ਤੇ ਅਸੀਂ ਚੰਡ ਲੈਂਦੇ ਹਾਂ। ਫੇਰ ਉਸ ਤੋਂ ਇਲਾਵਾ ਸਾਡੇ ਕੋਲ ਦੋ ਸੀੜੀਆਂ ਕਿੱਧਰ ਜ਼ਰੂਰਤ ਪਏ, ਦਰਖਤਾਂ ਦੀ ਕਟਾਈ ਦੀ ਜਾਂ ਇਮਾਰਤ ਦੇ ਛੱਤ ਉੱਤੋਂ ਮੁਰੰਮਤ ਕਰਨਾ ਜਾਂ ਸਫਾਈ ਕਰਨੀ, ਉਹਦੇ ਵਾਸਤੇ ਸਾਡੇ ਕੋਲ ਦੋ ਸੀੜੀਆਂ। ਫਿਰ ਸਪੇਅਰ ਸਾਡੇ ਕੋਲ ਪਾਇਪ ਪਏ ਨੇ। ਠੀਕ ਹੈ। ਕਿਤੇ ਜ਼ਰੂਰਤ ਪਏ ਪਾਇਪ ਅਸੀਂ ਲਾ ਸਕਦੇ ਹਾਂ। ਸਰੀਆ ਪਏ ਆ। ਠੀਕ ਹੈ। ਪੱਖਾ ਪਏ ਆ, ਬਾਹਰ ਜਦੋਂ ਲਾਉਣਾ ਹੋਇਆ ਉਹਦੇ ਵਾਸਤੇ ਸਪੇਅਰ ਵਾਇਰ ਸਾਡੇ ਕੋਲ 100 ਫੁੱਟ ਲੰਮੀ। ਠੀਕ ਹੈ। ਉਸ ਤੋਂ ਇਲਾਵਾ ਤੁਹਾਨੂੰ ਹੋਰ ਦਿਖਾਉਂਦੇ ਹਾਂ, ਇਹ ਤੁਹਾਡੇ ਆਪਣਾ ਨਾ ਉਹ ਕਲਮਾ ਵਗੈਰਾ ਸਾਡਾ ਸਮਾਨ ਜੋ ਸਾਰਾ ਪੇਂਟਿੰਗ ਵਾਲਾ ਅਤੇ ਪੇਂਟਿੰਗ ਵਾਲਾ ਸਾਰਾ ਸਾਰੇ ਬੁਰਸ਼। ਠੀਕ। ਉਹ ਵੱਡੇ ਬੁਰਸ਼ ਛੋਟੇ ਇਹ ਸਾਡੇ ਕੋਲ ਦਬੜੇ ਵਾਸਤੇ ਰੰਗ ਵਾਸਤੇ ਰੂਲਾ। ਠੀਕ ਹੈ। ਸਹੀ ਹੈ। ਇਹ ਚੂਨਾ, ਇਹ ਦਬੜੇ ਨੇ। ਹਰ ਚੀਜ਼ ਜਿਹੜੀ ਹੈ ਨਾ ਉਹ ਅਸੀਂ ਅਲਹਮਦੁਲਿਲਾ ਬੜੀ ਤਰਤੀਬ ਨਾਲ ਰੱਖਦੇ ਹਾਂ, ਬੜੀ ਸੰਭਾਲ। ਇੱਧਰ ਅੱਛਾ ਇਹ ਸਰ ਸਾਡਾ ਸਾਜ਼ੋ ਸਮਾਨ। ਅੱਛਾ। ਠੀਕ ਹੈ। ਪਿਆਲੇ ਬੱਚਿਆਂ ਬਾਹਰ ਰੱਖੇ ਨੇ, ਮਿੱਟੀ ਦੇ ਬਰਤਨ ਅਸੀਂ ਇਸਤੇਮਾਲ ਕਰਦੇ। ਸਰ ਬਾਹਰ ਕੱਢੋ ਮਿੱਟੀ ਦਾ, ਕਿਉਂਕਿ ਇਹ ਬੜਾ ਚੀਜ਼ਾਂ ਥੋੜ੍ਹੀਆਂ ਇਸ ਵੇਲੇ ਕਹਿ ਲਓ ਨਜਾਬ ਹੁੰਦੀਆਂ ਜਾ ਰਹੀਆਂ, ਲੋਕ ਇਹਦੇ ਤੋਂ ਨਾ ਮੂੰਹ ਮੋੜ ਰਹੇ ਨੇ।
ਔਰ ਕੁਝ ਕੰਮ ਬੈਕ ਕਰ ਰਹੇ ਨੇ ਹਾਂਜੀ ਵਾਪਸ ਇਹਨਾਂ ਵਾਲੀ ਚੀਜ਼ਾਂ ਨੂੰ ਵਾਪਸ ਬਾਰੇ ਦੇ ਜੀ ਇਹਨੂੰ ਕੀ ਕਹਿੰਦੇ ਸਨ ਇਹਨੂੰ ਬਦਾਖੜੀ ਦਬਾਖੜੀ ਦਬਾਖੜੀ ਆਂਦੇ ਦਬਾਖੜੀ ਅੱਛਾ ਤੇ ਜੇ ਵੱਡੀ ਹੋਏ ਤੇ ਫਿਰ ਇਹਨੂੰ ਕਨਾਲੀ ਆਂਦੇ ਨੇ ਠੀਕ ਹੈ ਔਰ ਰੋਗਣੀ ਹੈ ਆਹ ਰੋਗਣੀ ਫਿਰ ਇਸ ਤੋਂ ਇਲਾਵਾ ਤੁਹਾਨੂੰ ਬਖਾਨੇ ਆ ਪਿਆਲੇ ਹਾਂ ਗਲਾਸ ਵੀ ਮਿੱਟੀ ਦਾ ਠੀਕ ਹੈ ਠੀਕ ਹੈ ਵਾਹ ਤੇ ਇਹ ਪਿਆਲੇ ਵੀ ਮਿੱਟੀ ਦੇ ਨੇ ਇਹ ਸਾਡੇ ਕੋਲ ਪੰਜ ਛੇ ਨੇ ਠੀਕ ਹੈ ਦੋ ਵੱਡੇ ਨੇ ਚਾਰ ਛੋਟੇ ਨੇ ਉਹ ਦਬਾਖੜੀਆਂ ਤੇ ਪਲੇਟਾਂ ਨੇ ਸਹੀ ਹੈ ਠੀਕ ਹੈ ਜਿੱਦਾਂ ਆਪਣਾ ਘੋਲੀਆਂ ਕਹਿ ਲਓ ਤੁਸੀਂ ਹੈ ਮਿੱਟੀ ਦੀਆਂ ਘੋਲੀਆਂ ਵਾਹ ਕੋਈ ਚੀਜ਼ ਖਾਣੀ ਪੀਣੀ ਹੋਏ ਇਹਨਾਂ 'ਚ ਬੱਚਿਆਂ ਨੂੰ ਵੀ ਸਹੀ ਫਿਰ ਇਹ ਸਾਡੇ ਕੋਲ ਸਾਰੂ ਸਮਾਨ ਜਿਹੜਾ ਸਕੂਲ ਦੇ ਬੱਚਿਆਂ ਦੇ ਅਤੇ ਉਸਤਾਦਾਂ ਦੇ ਇਸਤੇਮਾਲ ਵਾਸਤੇ ਨਾ ਜੀ ਜੀ ਉਹ ਸਾਡੇ ਕੋਲ ਕਮੋ ਪੇਸ਼ ਇੱਕ ਸਾਲ ਦਾ ਸਟਾਕ ਰੈਗੂਲਰ ਰਹਿੰਦਾ ਅੱਛਾ ਜੀ ਠੀਕ ਹੈ ਪੂਰਾ ਸਾਲ ਅਗਰ ਕਿਸੇ ਵਜ੍ਹਾ ਨਾਲ ਸਾਨੂੰ ਕਿਤੋਂ ਫੰਡ ਨਹੀਂ ਮਿਲਦਾ ਪੈਸਾ ਨਹੀਂ ਹੁੰਦਾ ਪੂਰਾ ਸਾਲ ਡਿਟੋਲ ਸਭ ਕੁਛ ਸਾਡਾ ਪੂਰਾ ਸਾਲ ਨਿਜ਼ਾਮ ਨਹੀਂ ਰੋਕ ਸਕਦਾ ਸਰਵ ਵੀ ਹੈ ਸਾਬਣ ਵੀ ਹੈ ਡਿਟੋਲ ਵੀ ਹੈ ਔਰ ਟੈਬ ਵਗੈਰਾ ਵੀ ਪਏ ਨੇ ਟੈਬ ਸਰ ਸਾਡੇ ਕੋਲ ਚਾਰ ਨੇ ਟੈਕਨੋਲੋਜੀ ਨਾਲ ਮਤਲਬ ਤੁਸੀਂ ਬੱਚਿਆਂ ਨੂੰ ਨਾ ਮੁਨਸਿਕ ਰੱਖਿਆ ਹੈ ਨਹੀਂ ਕਿ ਕੋਈ ਪੁਰਾਣਾ ਹੀ ਆਪਣਾ ਚਾਰ ਟੈਬ ਨੇ ਸਾਡੇ ਕੋਲ ਅੱਛਾ ਇੱਕ ਸਾਡਾ ਦਫ਼ਤਰੀ ਇਸਤੇਮਾਲ ਵਾਸਤੇ ਠੀਕ ਹੈ ਜਿਹਦੇ ਸਾਰਾ ਸਕੂਲ ਦਾ ਰਿਕਾਰਡ ਹੁੰਦਾ ਬਾਕੀ ਤਿੰਨ ਜਿਹੜੇ ਨੇ ਉਹ ਬੱਚਿਆਂ ਨੂੰ ਉਹਦੇ ਉੱਤੇ ਟ੍ਰੇਨਿੰਗ ਦਿੰਦੇ ਆ ਐਲ ਐਨ ਡੀ ਉਹਦੇ ਉੱਤੇ ਬੱਚੇ ਉਹ ਸਵਾਲ ਹੁੰਦਾ ਨਾ ਅਤੇ ਉਹਨਾਂ ਉਹਦੇ ਉੱਤੇ ਪੋਟੇ ਨਾਲ ਟੇਕ ਕਰਨਾ ਹੁੰਦਾ ਸਮਝ ਗਿਆ ਜਿਹੜਾ ਜਵਾਬ ਠੀਕ ਉਸ ਤੋਂ ਇਲਾਵਾ ਇਹ ਜਿਹੜਾ ਇਹ ਵੀ ਸਫੇਰ ਸਾਰਾ ਸਮਾਨ ਹੈ ਅਸੀਂ ਹਰ ਕਿੱਲ ਕਾਂਟਾ ਜਿਹੜਾ ਨਾ ਉਹ ਸੰਭਾਲ ਕੇ ਰੱਖਣਾ ਇਹ ਸੂਤਰ ਹੈ ਸਾਡਾ ਮਿਸਤਰੀਆਂ ਵਾਲਾ ਜਦੋਂ ਕੋਈ ਦੁਆਰ ਬਣਾਉਣੀ ਹੋਵੇ ਠੀਕ ਹੈ ਸੂਈ ਧਾਗੇ ਸਾਡੇ ਕੋਲ ਨਲਕੀਆਂ ਨੇ ਸੂਈ ਧਾਗਾ ਹੈ ਠੀਕ ਹੈ ਸਾਰਾ ਕੁਛ ਫਿਰ ਜਿੰਨੇ ਤਾਲੇ ਸਾਡੇ ਕੋਲ ਖਰਾਬ ਹੋ ਜਾਂਦੇ ਨੇ ਉਹ ਵੀ ਅਸੀਂ ਸੰਭਾਲ ਕੇ ਰੱਖੇ ਹੈ ਠੀਕ ਹੈ ਸਾਡਾ ਪੈਪ ਖਰਾਬ ਹੋ ਜਾਂਦਾ ਸਾਨੂੰ ਪਰੇਸ਼ਾਨੀ ਨਹੀਂ ਹੁੰਦੀ ਅਸੀਂ ਨਲਕੀ ਅੰਦਰੋਂ ਲੈ ਕੇ ਫੌਰੀ ਤੌਰ 'ਤੇ ਇਸਤੇਮਾਲ ਮਤਲਬ ਕਿੱਲ ਕਾਂਟੇ ਨੋਜ਼ਲਾਂ ਵਗੈਰਾ ਹਰ ਚੀਜ਼ ਇਹਦੇ ਪੁਰਾਣੇ ਤਾਲੇ ਚਾਬੀਆਂ ਅੱਛਾ ਇਹ ਵੀ ਅਸਾਂ ਰੱਖੇ ਪੁਰਾਣਾ ਤਾਲਾ ਵੀ ਰਿਕਾਰਡ ਚ ਰੱਖਿਆ ਰਿਕਾਰਡ ਚ ਕੋਈ ਆਡਿਟ ਹੁੰਦਾ ਵੀ ਤੇ ਅਸੀਂ ਮਤਲਬ ਕਿ ਹਰ ਲਾਭ ਨਾਲ ਇਹ ਸਾਡੀ ਐਲ ਸੀ ਡੀ ਐਕਸਪਾਇਰ ਹੋਈ ਸੀ ਇੱਥੇ ਅੱਛਾ 25 ਜਵਾਨ ਨੂੰ ਅਸੀਂ ਐਲ ਸੀ ਡੀ 'ਤੇ ਪੜ੍ਹਾਉਂਦੇ ਸੀ ਫਿਰ ਟੁੱਟ ਗਈ ਸੀ ਡਿੱਗ ਗਿਆ ਠੀਕ ਹੈ ਅਸਾਂ ਰੱਖੀ ਸੰਭਾਲ ਕੇ ਸਹੀ ਹੈ ਠੀਕ ਹੈ ਬਾਕੀ ਉਹ ਬੱਚਿਆਂ ਨੂੰ ਵੀ ਸਿਖਾਈਦਾ ਕਿ ਹਰ ਚੀਜ਼ ਤੁਸੀਂ ਕਿਸ ਤਰ੍ਹਾਂ ਸੰਭਾਲ ਕੇ ਰੱਖਣੀ ਹੈ ਇਹ ਕਿਤਾਬਾਂ ਆਉਂਦੀਆਂ ਨੇ ਉਹਨਾਂ ਉੱਤੇ ਇਹ ਵੇਖਿਆ ਜਾਏ ਕਿੱਲ ਕਾਂਟਾ ਸਾਰਾ ਕੁਛ ਇਹਦੇ ਵਿੱਚ ਮੌਜੂਦ ਹੈ ਨਵੀਆਂ ਕਿਤਾਬਾਂ ਆਉਂਦੀਆਂ ਨਾ ਉਹਨਾਂ ਦੇ ਉੱਤੇ ਜਿਹੜੀਆਂ ਡੋਰੀਆਂ ਬੱਜੀਆਂ ਹੁੰਦੀਆਂ ਨੇ ਹਾਂਜੀ ਹਾਂਜੀ ਇਹ ਉਹ ਵੀ ਸੰਭਾਲੀਆਂ ਨੇ ਬੱਚਿਆਂ ਨੂੰ ਕੋਲ ਬਿਠਾ ਕੇ ਲਪੇਟ ਕੇ ਤਾਂ ਉਹਨਾਂ ਦੇ ਸਾਹਮਣੇ ਰੱਖੀਆਂ ਨੇ ਅਤੇ ਇਸ ਤਰ੍ਹਾਂ ਚੀਜ਼ਾਂ ਸੰਭਾਲ ਕੇ ਰੱਖਣੀਆਂ ਕਦੀ ਜ਼ਰੂਰਤ ਪਏ ਕੋਈ ਪੌਦਾ ਹੀ ਬੰਨਣਾ ਪੈ ਜਾਂਦਾ ਵਾਹ ਜੀ ਅਤੇ ਫੌਰੀ ਤੌਰ 'ਤੇ ਲੋਕਾਂ ਨਾਲ ਭੱਜੇ ਫਿਰੀ ਆ ਕਮਾਲ ਦੀ ਸੋਚ ਸਾਰਾ ਓਕੇ ਇਹ ਸਰ ਅਨਵਾਰਜ ਅੱਛਾ ਮੰਜੀਆਂ ਚਾਰ ਪੰਜ ਆਉਂਦੇ ਨੇ ਲੋਕ ਠੀਕ ਹੈ ਇਹਦੇ ਨਾਲ ਕੁਰਸੀਆਂ ਆਉਣ ਲੈਂਦੇ ਆਪ ਹੀ ਕਿੱਡੀ ਖੂਬਸੂਰਤੀ ਨਾ ਆਉਣੀ ਇਹ ਦੋ ਰੰਗਾਂ ਨਾਲ ਆਉਣੀ ਅੱਛਾ ਜੀ ਠੀਕ ਹੈ ਬਲਕਿ ਬੱਚਿਆਂ ਨੂੰ ਅਸੀਂ ਨਾਲ ਲਾਉਂਦੇ ਹਾਂ ਬੱਚਿਆਂ ਨੂੰ ਟ੍ਰੇਨ ਕੇ ਬੱਚਿਆਂ ਦੋਂ ਤਰੂ ਨੂੰ ਦਈਏ ਅਤੇ ਇਕੱਲੇ ਵੀ ਆਉਣ ਲੈਂਦੇ ਨੇ ਅਲਹਮਦੁਲਿਲਾ ਕਮਾਲ ਹੋ ਗਿਆ ਜ਼ਿੰਦਗੀ ਵਿੱਚ ਜਿਹੜਾ ਵੀ ਮਸਲਾ ਹੈ ਉਹਦੇ ਨਾਲ ਆਪ ਹੀ ਨਹੀਂ ਪੜਨਾ ਠੀਕ ਹੈ ਇਹਦੇ ਮਿਸਤਰੀ ਮੁਹੰਮਦ ਸ਼ਰੀਫ ਸਾਹਿਬ ਨੇ ਇਹ ਮੇਰੇ ਬੜੇ ਹੀ ਪਿਆਰੇ ਦੋਸਤ ਨੇ ਠੀਕ ਹੈ ਬਜ਼ੁਰਗ ਵੀ ਨੇ ਅਤੇ ਦੋਸਤ ਵੀ ਨੇ ਪਿੰਡ ਇਹਨਾਂ ਦਾ ਭੁੱਲਰ ਹੈ ਅੱਛਾ ਭੁੱਲਰ ਬੂਟਾ ਸਿੰਘ ਇਹਨਾਂ ਦੀ ਸ਼ਾਦੀ ਹੋਈ ਸੀ ਮੱਤੇ ਕੇ ਨਾਗਰਾ ਇੱਥੇ ਮੱਤੇ ਕੇ ਨਾਗਰਾ ਸ਼ਾਦੀ ਹੋਈ ਸੀ ਹਾਂਜੀ ਅਤੇ ਉਦੋਂ ਦੇ ਇੱਥੇ ਹੀ ਆ ਗਏ ਨੇ ਅੱਛਾ ਠੀਕ ਹੈ ਸਕੂਲ ਜਦੋਂ ਇਹ ਬਣਿਆ ਨਾ ਮਨਜ਼ੂਰ ਹੋਇਆ ਅਤੇ ਚੰਦਾ ਛੰਦਾ ਬੰਦਿਆਂ ਇਕੱਠਾ ਕੀਤਾ ਅਤੇ ਕੋਈ ਮਿਸਤਰੀ ਜਿਹੜੇ ਨੇ ਉਹ ਜਿਹੜੇ ਜਿਹੜੇ ਇਲਾਕੇ 'ਚ ਸਨ ਉਹਨਾਂ ਨੂੰ ਬੁਲਾਇਆ ਵੀ ਕਮਰਾ ਬਣਾਉਣਾ ਅਸਲੀ ਪਿੰਡ ਮੇਰਾ ਭੁੱਲਰ ਹੈ ਇਹ ਨਾ ਜਨਾਬ ਉਹ ਕਮਰਾ ਬਣਾਇਆ ਸੀ ਉੱਥੇ ਅਤੇ ਉਹਦੇ ਮਜ਼ਦੂਰੀ ਨਹੀਂ ਸੀ ਲਈ ਇਹਨਾਂ ਦਾ ਇੰਨਾ ਮਜ਼ਦੂਰੀ ਨਹੀਂ ਸੀ ਲਈ ਯਾਨੀ ਇੰਨਾ ਜਜ਼ਬਾ ਸੀ ਕਿ ਸਾਡੇ ਪਿੰਡ ਸਕੂਲ ਬਣਨ ਲੱਗਾ ਤਿੰਨ ਬੰਦੇ ਸਣੇ ਕੇ ਸਣ ਮਿਸਤਰੀ ਅੱਲਾ ਰੱਖਾ ਹੀ ਰਿਛਾੜੇ ਦਾ
मिस्त्री खुशीमंद कमरा बनाया हम बड़ी देर तक इस्तेमाल किया जो खुद बखुद डिगे ना फिर असा ओदिया इटा लिया के ते ए दो कमरे बना लिया ठीक है फ्रंट आया जी बाबा जी जेड़े लोग चंगे काम करदे ने मरदे नहीं जेड़े चंगे काम करदे ना लोग मरदे नहीं ओ जिंदा रहिंदे ने सर जड़ा सारा विलाग तो हाँ कीता ना ते सारे खूबसूरती कीती है असा मेहनत कीती है मशक्कत कीती है सारी टीम साड़ी शामिल है साड़े बच्चे शामिल ने बच्चों के वालदां दी दुआवां शामिल ने साडा मकसद है एक तबलीग का तरीका साडे पंजाब सांझा पंजाब के जरिए जिथो जिथो कोई ना कोई होर काम कर लगे कौम की तरक्की का राज है जी असीं हुकूमतां दे मूंह लो वेंदे रहिए उहदे नाल बेहतर असीं आप कुछ ना कुछ करदे आ जी ठीक है फिर तरक्की करन दा तरीका कर इह रोज़ाना अगर असीं एक घंटा काम करने आ छुट्टी तो बाद विच साडा जिहड़े 24 घंटे दे 8 पैर हुंदे ने साडा 25 घंटे दा 8 पैर बन जांदा एक घंटा दा अभी काम करना ठीक रोज़ाना जिहड़ा उह 360 घंटे साल च असीं काम करने आ ना उह तरक्की दा असल राज होवे वाह 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 रोजाना एक टीचर है या कोई भी आदमी है को 5-6 फुट दी एक क्यारी तैयार करदा ਉਹ ਇੱਕ ਸਾਲ ਦੇ ਵਿੱਚ ਸਕੂਲ ਨੂੰ ਜੰਨਤ ਬਣਾ ਸਕਦਾ ਮਸਲਾ ਕੋਨੇ ਪਰੇਸ਼ਾਨੀ ਕੋਨੇ ਖਰਚਾ ਕੋਨੇ ਵਾਹ ਜੀ ਵਾਹ ਅਸੀਂ ਫਿਰ ਉਸ ਤੋਂ ਇਲਾਵਾ ਅਸੀਂ ਕਿਸੇ ਵੀ ਜਗ੍ਹਾ ਤੇ ਬਹਿ ਕੇ ਦੋਸਤ ਬਾਬਾ ਨੇ ਲਿਆ ਯਾਰ ਕੋਕ ਅੱਛਾ 200-300 ਰੁਪਇਆ ਲੱਗ ਜਾਂਦਾ ਕੋਕ ਲਿਆਓ ਨਾਲੋ ਜੇ ਵੋ ਲਿਆਓ ਅਸੀਂ ਉਹ ਕੁਰਬਾਨੀ ਦੇ ਕੇ ਰੋਜ਼ਾਨਾ 200-300 ਰੁਪਇਆ ਅਗਰ ਅਸੀਂ ਮਹੀਨੇ ਦਾ ਵੀ ਅਸੀਂ 200-300 ਰੁਪਇਆ ਖਰਚ ਕਰਨੇ ਆ ਅਸੀਂ ਆਪਣੀ ਸ਼ਖਸੀਅਤ ਅਮੀਰ ਕਰ ਸਕਦੇ ਹਾਏ 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 ਸ਼ਖਸੀਅਤ ਅਮੀਰ ਹੁੰਦੀ ਹਮੇਸ਼ਾ ਉਦੋਂ ਇਹ ਜਦੋਂ ਕੌਮੀ ਕੰਮ ਕਰੋ ਕਾਟਣਾ ਪੈਂਟਾਂ ਕੋਟਾਂ ਪਾਇਆ ਸ਼ਖਸੀਅਤਾਂ ਤਮੀਰ ਨਹੀਂ ਹੋਈਆਂ ਜੀ 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 ਤਾਰੀਖ ਵਿੱਚ ਜਿਹਦਾ ਵੀ ਜ਼ਿਕਰ ਆਇਆ ਉਹ ਨਬੀ ਹੋਏ ਨੇ ਸਹਾਬਾ ਹੋਏ ਨੇ ਸਾਇੰਸਦਾਨ ਹੋਏ ਨੇ ਔਲੀਆ ਇਕਰਾਮ ਹੋਏ ਨੇ ਮੁਜਾਹਦੀਨ ਹੋਏ ਨੇ ਕਾਰਨਾਮਿਆਂ ਦਾ ਜ਼ਿਕਰ ਆਇਆ ਸਰਬਤ ਦਾ ਭਲਾ ਕੀਤਾ ਜੀ ਰਫਾਇਆਮਾ ਦਾ ਕੰਮ ਕੀਤਾ ਲੋਕ ਦੀ ਖਿਦਮਤ ਕੀਤੀ ਉਹਨਾਂ ਦਾ ਨਾਂ ਜ਼ਿੰਦਾ ਕਦੀ ਵੀ ਜ਼ਿਕਰ ਨਹੀਂ ਆਇਆ ਉਹ ਫਲਾਣਾ ਬੜੀ ਸ਼ਖਸੀਅਤ ਹੋਇਆ ਇਸ ਵਾਸਤੇ ਕਿ ਬੜੇ ਪਰੌਂਠੇ ਖਾਂਦਾ ਸੀ ਜਾਂ ਬੜੇ ਪੈਸੇ ਸਨ ਬੜੇ ਪੈਸੇ ਬੜੀਆਂ ਕਾਟਣਾ ਪਾਉਂਦਾ ਸੀ ਨਹੀਂ ਕਾਰਨਾਮਿਆਂ 'ਚ ਜ਼ਿਕਰ ਆਇਆ ਹਾਂਜੀ ਹਾਂਜੀ ਪਾਕਿਸਤਾਨ ਦੇ ਬਲਕਿ ਪੂਰੀ ਵਰਲਡ ਦੇ ਸਭ ਤੋਂ ਟਾਪ ਦੇ ਹੀਰੋ ਇਸ ਸਦੀ ਅਤੇ ਸਾਬਕਾ ਸਦੀ ਦੇ ਅਬਦਸਤਾਰ ਈਦੀ ਸਾਹਿਬ ਹੋਇਆ ਜੀ ਦੋ ਜਮਾਤਾਂ ਪਾਸ ਲੇਕਿਨ ਉਹਨਾਂ ਦਾ ਕਾਰਨਾਮਾ ਹਮੇਸ਼ਾ ਜ਼ਿੰਦਾ ਰਹਿ दूसरे जो स्कूल ने अपने इलाके सारी बात टीचर दोस्त ने जो संगी साथी ने स्टाफ के दूसरे टीचर ने अपने स्कूल तो अलावा दूसरे पिंडा थावान जो स्कूल ने कि समझते हो कि वो थोड़ा बहुत ऐसे स्कूल दे नाल कोई वेखो वेखी हाँ जी कोई अपना अच्छा जी बहुत ज्यादा दो के खुर्द प्राइमरी स्कूल है बहुत खूबसूरत स्कूल है 2012 च जदों आके इत्थे वर्क मैं शुरू किया है उन्हें एक साल उस तों बाद च किया और इहदे नाल वेख के शुरू किया और स्कूल दे विच इना इस साल 1,00,000 रुपए दी बागबानी कीती वाह जी वाह फलदार पौधे लाए ने क्या बात किसे दिन तुहानू ओह भी विखावांगे जी इंशाल्लाह इंशाल्लाह जरूर उस तों अलावा भी
ਕਾਫੀ ਸਾਰੇ ਸਕੂਲ ਨੇ ਜਿਹੜੇ ਫੋਨ ਕਰਕੇ ਸਾਡੇ ਨਾਲ ਰਾਬਤਾ ਕਰਦੇ ਨੇ, ਫਲਾਣੀ ਪਨੀਰੀ ਕਿੱਥੋਂ ਮਿਲਦੀ ਹੈ, ਫਲਾਣਾ ਪੌਦੇ ਕਿੱਥੋਂ ਮਿਲਦੇ ਆ। ਅੱਛਾ, ਉਹਨਾਂ ਨੂੰ ਦੱਸੀਦਾ, ਮੁਤਾਸਰ ਹੁੰਦੇ ਨੇ ਇਸ ਚੀਜ਼ ਤੋਂ। ਅਸੀਂ ਸਮਝਦੇ ਹਾਂ ਬੜੀ ਕਾਮਯਾਬ ਤਬਲੀਗ। ਤੁਹਾਡੇ ਸਕੂਲ ਵੱਲੋਂ ਵੇਖ ਕੇ ਬਾਕੀ ਦੇ ਜੋ ਸਕੂਲ ਨੇ ਉਹਨਾਂ ਨੂੰ ਮੋਟੀਵੇਸ਼ਨ ਮਿਲੀ, ਤੁਹਾਨੂੰ ਕਿੱਥੋਂ ਮਿਲੀ? ਇਹ ਸਾਡੇ ਅੰਦਰ ਹੈ ਕੁਦਰਤੀ, ਕੁਦਰਤੀ ਠੀਕ, ਕੁਦਰਤੀ ਹੈ। ਅਸੀਂ ਸ਼ਾਮ ਤੱਕ ਕੰਮ ਕਰਨਾ, ਬਲਕਿ ਇਹ ਪਿੰਡ ਗਵਾਹ ਹੈ, ਤੁਸੀਂ ਪਿੰਡ ਦੇ ਕਿਸੇ ਵੀ ਕੋਨੇ ਤੋਂ ਪੁੱਛ ਸਕਦੇ ਹੋ। ਐਸੇ ਐਸੇ ਵੀ ਟਾਈਮ ਆਏ ਨੇ ਰਾਤ ਦੇ 12-1 ਵਜੇ ਤੱਕ ਵੀ ਆਹ ਕੰਮ ਕੀਤਾ, ਪੇਂਟਿੰਗ ਕੀਤੀ ਹੈ ਜਾਂ ਤਮੀਰ ਆ, ਅਤੇ ਇਹ ਸੜਕਾਂ ਨੇ ਟੋਟਲ ਸਾਡੇ ਆਪਣੇ ਹੱਥਾਂ ਦੀਆਂ ਬਣੀਆਂ। ਸਹੀ, ਹਾਂਜੀ, ਸੜਕਾਂ ਜੀ ਜੀ ਟੋਟਲ ਇੱਕ ਵੀ ਸੜਕ ਇਹ ਮਿਸਤਰੀ ਕੋਲੋਂ ਨਹੀਂ ਬਣਵਾਈ, ਅਸਾਂ ਆਪ ਹੀ ਤਿੰਨਾਂ ਟੀਚਰਾਂ ਲਾ ਕੇ ਬਣਾਈਆਂ। ਕਿਆ ਬਾਤ, ਬੜੀ ਗੱਲ ਹੈ ਸਰ, ਬੜੀ ਗੱਲ। ਬਹੁਤ ਸ਼ੁਕਰੀਆ ਜੀ ਤੁਹਾਡੀ ਮੁਹੱਬਤ, ਔਰ ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਣਾ ਕਿ ਤੁਸੀਂ ਮੈਨੂੰ ਇਨਵਾਈਟ ਕੀਤਾ, ਔਰ ਮੈਨੂੰ ਕਹਿ ਲਓ ਕਿ ਧੰਨਵਾਦ ਸਾਡੇ ਕਿ ਅਸੀਂ ਸਾਰੀ ਚੀਜ਼ ਨੂੰ ਰਿਕਾਰਡ ਕੀਤਾ। ਅਤੇ ਔਰ ਮੈਂ ਆਪਣੀ ਜੇਕਰ ਗੱਲ ਕਰਾਂ, ਮੈਂ ਡਿਸਟ੍ਰਿਕਟ ਸਿਆਲਕੋਟ ਦੇ ਪ੍ਰਾਇਮਰੀ ਸਕੂਲ ਇਸ ਲੈਵਲ ਦਾ ਮੈਂ ਨਹੀਂ ਜੀ ਵੇਖਿਆ, ਔਰ ਸਾਡੇ ਵੇਖਣ ਸੁਣਨ ਜੇ ਕਿਸੇ ਨੇ ਵੇਖਿਆ ਹੋਏ ਤਾਂ ਸਾਨੂੰ ਜ਼ਰੂਰ ਦੱਸਣ, ਔਰ ਸਲਿਊਟ ਵੀ ਕਰਾਂਗੇ, ਔਰ ਇਹਦੇ ਨਾਲ ਨਾਲ ਅਸੀਂ ਉਸ ਸਕੂਲ ਨੂੰ ਵੀ ਅਸੀਂ ਆਪਣਾ ਨਾ ਕਹਿ ਲਓ ਕਿ ਰਿਕਾਰਡ ਕਰਾਂਗੇ, ਔਰ ਉਹਨਾਂ ਦਾ ਜੋ ਮੈਸੇਜ ਹੈ ਉਹ ਗਾਂ ਆਪਣੇ ਦੂਸਰੇ ਲੋਕਾਂ ਤੱਕ ਵੀ ਪਹੁੰਚਾਵਾਂਗੇ। ਠੀਕ ਹੈ ਜੀ, ਆਪਣੀਆਂ ਦੁਆਵਾਂ ਅਰਦਾਸਾਂ ਵਿੱਚ ਯਾਦ ਰੱਖਿਓ ਜੀ, ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ, ਅੱਲਾ ਹਾਫਿਜ਼।